ਅਸਲਾਮ ਵਾਲੇਕਮ ਜੀ, ਵੈਲਕਮ ਬੈਕ ਵਿਦ ਅਨਦਰ ਵਲੌਗ। ਯਾਰ ਆ ਗਏ ਅਸੀਂ ਆਪਣੀ ਡਿਊਟੀ ਤੇ, ਠੀਕ ਹੋ ਗਿਆ। ਕੱਪੜੇ ਛੱਪੜੇ ਹਲੇ ਚੇਂਜ ਕਰਨ ਲੱਗਾ, ਬਸ ਮੈਂ ਸਫਾਈ ਕਰਨ ਡਿਆ, ਝਾੜੂ ਛਾੜੂ ਮਾਰਨ ਡਿਆ ਅੰਦਰ, ਅਤੇ ਨਾਲੇ ਨਾ ਇਹ ਕਿਆਰੀਆਂ ਵੇਖੋ ਮਾਸ਼ਾਅੱਲਾ ਕਿੰਨੀਆਂ ਸੋਹਣੀਆਂ ਨੇ। ਇਹਨਾਂ ਨੂੰ ਵੀ ਪਾਣੀ ਸ਼ਾਨੀ ਲਾ ਰਿਹਾ ਵਾਂ, ਉਹ ਪਾਈਪ ਲੱਗਿਆ ਹੋਇਆ ਵਿੱਚ ਤੁਹਾਨੂੰ ਨਜ਼ਰ ਆ ਰਿਹਾ, ਠੀਕ ਹੈ। ਅਤੇ ਹੁਣ ਜਿਹੜਾ ਨਾ ਮੈਂ ਪਾਉਣ ਲੱਗਾ ਵਾਂ ਕੱਪੜੇ, ਕੱਪੜੇ ਚੇਂਜ ਕਰਨੇ ਆ। ਕੱਪੜੇ ਚੇਂਜ ਕਰਕੇ ਅੱਜ ਦਾ ਸਾਡਾ ਮਿਸ਼ਨ ਹੈ ਕਿ ਅਸੀਂ ਯਾਰ ਅਸੀਂ ਕੋਈ ਨਾ ਪਰਿੰਦਾ ਖਰੀਦਣ ਜਾਣਾ, ਕਿ ਪਰਿੰਦਾ ਜਾਂ ਕੋਈ ਮੱਛਲੀਆਂ ਵਗੈਰਾ, ਠੀਕ ਹੈ ਨਾ। ਘਰ ਕੋਈ ਚੀਜ਼ ਨਹੀਂ ਹੈ, ਇਹਦਾ ਰੌਣਕ ਨਹੀਂ ਲੱਗਦੀ ਹੈ ਇੰਝ, ਅਤੇ ਅੱਜ ਇਨਸ਼ਾਅੱਲਾ ਕੋਈ ਲੈਣ ਜਾਵਾਂਗੇ ਸ਼ਾਇਦ। ਹਾਂਜੀ, ਅਤੇ ਯਾਰ ਕੱਪੜੇ ਛੱਪੜੇ ਮੈਂ ਪਾ ਲਏ ਨੇ, ਹੁਣ ਤੁਸੀਂ ਵੇਖ ਹੀ ਸਕਦੇ ਵਰਦੀ, ਐਂ ਵਰਦੀ ਪੂਰੀ ਟਾਈਟ, ਮਾਸ਼ਾਅੱਲਾ ਸੋਹਣੀ ਲੱਗਦੀ ਮੈਨੂੰ। ਬਸ ਥੋੜ੍ਹੀ ਸਾਰੀ ਖੁੱਲ੍ਹੀ ਹੈ, ਯਾਨੀ ਕਿ ਮੈਂ ਸਿਹਤ ਵਾਲੀ ਹਾਂ ਨਾ ਇਸ ਵਾਸਤੇ। ਅਤੇ ਬਾਕੀ ਕੀ ਤੁਹਾਨੂੰ ਦੱਸਿਆ ਹੈ ਕਿ ਅੱਜ ਜਾਣਾ ਕੋਈ ਪਰਿੰਦਾ ਲੈਣ, ਠੀਕ ਹੋ ਗਿਆ ਨਾ। ਤੁਹਾਨੂੰ ਵੀ ਹਵਾਂਗੇ ਨਾਲ ਨਾਲ ਕਿਹੜਾ ਖਰੀਦਣ ਲੱਗੇ ਹਾਂ, ਅਤੇ ਐਕਸਪੀਰੀਅੰਸ ਹੀ ਕਰਨਾ ਹੈ ਕਿ ਕਦੀ ਰੱਖੇ ਨਹੀਂ ਹੈ। ਵੇਖੋ ਹੁਣ ਬਾਈ ਨੂੰ ਪੁੱਛਾਂਗੇ ਨਾ ਦੁਕਾਨ ਵਾਲਿਆਂ ਨੂੰ, ਜਿਹਦੇ ਕੋਲ ਲਿਆਵਾਂ ਕਿ ਯਾਰ ਕਿਹੜਾ ਫਸਟ ਟਾਈਮ ਰੱਖਣਾ ਅਤੇ ਕਿਹੜਾ ਰੱਖੀਏ, ਕਿਹੜਾ ਸਾਡੇ ਵਾਸਤੇ ਬਿਹਤਰ। ਐਂ ਨਾ ਹੋਇਆ ਸੀ ਪਰਿੰਦਾ ਘਰ ਲੈ ਕੇ ਇਹਦੇ ਪਰਿੰਦਾ ਹੀ ਮਰਿਆ ਹੋਏ। ਇਸ ਵਾਸਤੇ ਪਹਿਲਾਂ ਖਿਆਲ ਕਰਾਂਗੇ ਕਿ ਕੋਈ ਚੀਜ਼ ਐਸੀ ਲਈਏ ਕਿ ਜਿਹੜੀ ਅਸੀਂ ਰੱਖ ਸਕੀਏ, ਜਿਹਦਾ ਅਸੀਂ ਖਿਆਲ ਰੱਖ ਸਕੀਏ, ਜਿਹਦੇ ਤੋਂ ਸਾਨੂੰ ਕੋਈ ਆਈਡੀਆ ਹੋਏ ਕਿ ਕਿਵੇਂ ਪਾਲਣਾ ਇਹਨੂੰ। ਪਾਣੀ ਸ਼ਾਨੀ ਬਾਕੀ ਲੱਗ ਰਿਹਾ, ਅਤੇ ਇਹ ਵੇਖੋ ਮਾਸ਼ਾਅੱਲਾ ਕਿਹੜਾ ਸੋਹਣਾ ਫੁੱਲ ਲੱਗਿਆ, ਉਹ ਵੀ ਲੱਗੇ ਹੋਏ ਨੇ, ਠੀਕ ਹੈ। ਬਾਕੀ ਆ ਸਾਰਾ ਤੁਸੀਂ ਵੇਖ ਸਕਦੇ ਹੋ ਹੀ ਫਿਰ। ਅਸਲਾਮ ਵਾਲੇਕਮ ਯਾਰ, ਮੈਂ ਆਇਆ ਕਟਿੰਗ ਕਰਵਾਉਣ, ਅਤੇ ਕਟਿੰਗ ਨਹੀਂ ਕਰਵਾ ਕੇ ਨਾ ਫਿਰ ਤੁਹਾਨੂੰ ਮਿਲਣਾ ਹੁਣ ਠਹਿਰ ਕੇ। ਬਾਕੀ ਅੱਜ ਪਰਿੰਦੇ ਜ਼ਰੂਰ ਖਰੀਦਣੇ, ਠੀਕ ਹੈ। ਇਹ ਆਪਣੇ ਜ਼ੈਫਾ ਭਾਈ ਨੇ। ਅਸਲਾਮ ਵਾਲੇਕਮ, ਕੀ ਹਾਲ ਜ਼ੈਫਾ ਭਾਈ, ਠੀਕ ਹੋ? ਯਾਰ ਮੈਂ ਨਾ ਸ਼ੁਰੂ ਤੋਂ ਇਹਨਾਂ ਕੋਲ ਕਟਿੰਗ ਕਰਵਾਈ ਹੈ, ਅਤੇ ਮਾਸ਼ਾਅੱਲਾ ਯਾਰ ਬੜੀ ਮਿਹਰਬਾਨੀ ਯਾਰ, ਆਪਣੇ ਜ਼ੈਫਾ ਭਾਈ ਨੇ ਆਇਆ ਕਰੋ ਇਹਨਾਂ ਦੇ ਕੋਲ, ਕਟਿੰਗ ਬੜੇ ਲੈਵਲ ਵਾਲੀ ਕਰਦੇ ਨੇ, ਠੀਕ ਹੈ। ਤੁਹਾਡੇ ਸਾਹਮਣੇ ਵੇਖ ਲਓ ਖਾਤੇ ਕਿੱਧਰੋਂ ਉੱਚਾ ਨੀਵਾਂ ਨਹੀਂ ਹੈ। ਬਾਕੀ ਮਿਲਣੇ ਤੁਹਾਨੂੰ ਘਰ ਜਾ ਕੱਪੜੇ ਛੱਪੜੇ ਪਾ ਕੇ ਨੂੰ ਫਰੈਸ਼ ਹੋ ਗਏ ਇਨਸ਼ਾਅੱਲਾ। ਹਾਂਜੀ ਯਾਰ, ਫਾਈਨਲੀ ਕੱਪੜੇ ਛੱਪੜੇ ਪਾ ਲੈਣੇ, ਮੈਂ ਰੈਡੀ ਸ਼ੈਡੀ ਹੋ ਗਿਆ, ਤੁਹਾਡੇ ਸਾਹਮਣੇ ਵੇਖੋ ਕੈਸਾ ਲੱਗ ਰਿਹਾ ਮੈਂ। ਰਹਾ ਨਹੀਂ ਜਾਂਦਾ ਤੜਪ। ਤੇ ਬਾਕੀ ਘਰ ਦੇ ਛੋਟੇ ਛੋਟੇ ਦੋ ਤਿੰਨ ਕੰਮ ਨੇ ਪਹਿਲਾਂ ਉਹ ਮੁਕਾ ਲਈਏ, ਤੇ ਫਿਰ ਇਨਸ਼ਾਅੱਲਾ ਜਿਹੜਾ ਨਾ ਚੱਲਨੇ ਆ ਕੋਈ ਪਰਿੰਦਾ ਖਰੀਦਣ ਵਾਸਤੇ। ਪਸੰਦ ਆਇਆ ਤੇ ਵੇਖ ਲਵਾਂਗੇ, ਜੇ ਸਾਡੀ ਰੇਂਜ ਤੱਕ ਹੋਇਆ ਤੇ, ਕਿਉਂਕਿ ਤੁਹਾਨੂੰ ਪਤਾ ਪਰਿੰਦਿਆਂ ਦੇ ਬੜੇ ਬੜੇ ਰੇਟ ਹੁੰਦੇ ਨੇ। ਤੇ ਬਾਕੀ ਚਲੋ ਚੱਲਨੇ ਆ, ਵੇਖਦੇ ਫਿਰ ਕੀ ਹਿਸਾਬ ਕਿਤਾਬ, ਲੇਕਿਨ ਪਹਿਲਾਂ ਘਰ ਦੇ ਛੋਟੇ ਛੋਟੇ ਕੰਮ ਮੁਕਾ ਲਈਏ, ਕਿਉਂਕਿ ਜ਼ਰੂਰੀ ਹੁੰਦੇ ਨੇ, ਠੀਕ ਹੈ। ਬਾਕੀ ਕੰਮ ਖੱਲੀ ਵਾਲੀ ਨਾਮ ਹੀ ਅੱਜ ਹੋਇਆ, ਤੇ ਕੱਲ੍ਹ ਬਣਾ ਲਾਂਗੇ, ਕੱਲ੍ਹ ਜਾ ਕੇ ਪਰਿੰਦਾ ਕੋਈ ਲਿਆਵਾਂਗੇ, ਲੇਕਿਨ ਘਰ ਦੇ ਕੰਮ ਪਹਿਲਾਂ, ਠੀਕ। ਹਾਂਜੀ ਯਾਰ, ਮੈਂ ਗਿਆ ਥਾ ਮਾਮਾ ਕੇ ਕਾਮ, ਬਹੁਤ ਹੋ ਗਿਆ ਫਿਲਹਾਲ, ਤੋ ਰਸਤੇ ਮੈਂ ਮੁਝੇ ਛੋਟੇ ਛੋਟੇ ਮੇਰੇ ਫੈਨਸ ਮਿਲੇ ਹੈ, ਫੈਨਸ ਨਹੀਂ ਯਾਰ ਮੇਰੇ ਭਾਈ ਹੈ ਛੋਟੇ ਛੋਟੇ, ਇਹ ਦੇਖ ਮੇਰਾ ਮਾਸ਼ਾਅੱਲਾ। ਅਲਹਮਦੁਲਿਲਾ ਠੀਕ ਠਾਕ, ਆਪ ਸੁਣਾਓ ਕੈਸੇ ਹੋ, ਠੀਕ ਹੋ? ਕੀ ਹਾਲ ਹੈ ਆਪਕਾ, ਨਾਮ ਕਿਆ ਹੈ? ਕਿਆ? ਮਾਸ਼ਾਅੱਲਾ, ਆਪਕਾ ਨਾਮ ਕਿਆ ਜੀ? ਮਾਸ਼ਾਅੱਲਾ, ਆਪਕਾ ਨਾਮ? ਹਬੀਬ। ਯਾਰ ਇਹ ਛੋਟੇ ਛੋਟੇ ਮੇਰੇ ਭਾਈ ਹੈ, ਔਰ ਮੈਂ ਜਾ ਰਿਹਾ ਥਾ ਬਾਜ਼ਾਰ ਮੇ, ਤੋ ਮੁਝੇ ਮਿਲ ਗਏ ਹੈ, ਤੋ ਕਹਤੇ ਹੈ ਭਈਆ ਮੈਂ ਆਪਣੀ ਵੀਡੀਓ ਮੇ ਲਓ। ਮੈਨੇ ਕਿਹਾ ਠੀਕ ਹੈ ਯਾਰ ਲੈ ਲੈਤੇ ਹੈ, ਇਸ ਮੇ ਕੌਨ ਸਾ ਕੋਈ ਬੜੀ ਬਾਤ ਹੈ। ਭਈਆ ਆਪ ਬਲੌਗ ਵੀ ਬੜੇ ਮਜ਼ੇਦਾਰ ਹੋ ਰਹੇ ਹੈ। ਕਿਆ? ਆਪ ਬਲੌਗ ਵੀ ਬੜੇ ਮਜ਼ੇਦਾਰ ਹੋ ਰਹੇ ਹੈ। ਆ ਜਾ ਮੇਰੀ ਤਰਫ ਆ।
अच्छा देखते मेरे व्लॉग, चैनल को सब्सक्राइब किया हुआ है? क्या बात है, क्या बात है। चलो इंशाल्लाह अल्लाह मुझे कामयाब करे जी, आपके दुआएं इंशाल्लाह कामयाब हो जाऊं। हाँ जी, तो फार्मेसी से होकर आ गया हूँ मैं, दो इंजेक्शन लेने थे पापा के लिए, वो ले लिए हैं। तो प्यास लग गई थी तो मैंने सोचा कि यार बोतल भी तो पीनी है, बोतल पहले भी नहीं, बोतल भी पीनी है वैसे भी मैंने ना, क्योंकि वो तो मेरी रोज़ाना एक बनती है और मैं पीता हूँ रोज़ाना। तो लेकिन अभी मैंने सोचा कि यार कोई अच्छी चीज़ पी लेते हैं जो जिसका कोई फ़ायदा भी हो। इतने तेजस्वी लोग हैं हमारे पास, कितने शानदार विचार रखते हैं जी। पैसे भी लगाने लेकिन जिसका फ़ायदा तो हो ना, तो मैंने डिसाइड किया कि चलो यार रबड़ी दूध पी लेते हैं। तो ये अपना रबड़ी दूध आ गया माशाल्लाह, चेक करो बादाम शदाम पा के अंदर ये रबड़ी है। हाय 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 हाय, चश्के आ गए भाई पूरे। ठीक है, तो बाकी दूध शुद्ध पी के तो फिर चलते हैं परिंदे देखने। अज तुम भी कहते हो कि पता नहीं कि परिंदे सानू विखा रहे यार, किधर तो सानू कह रहे हैं हमने चलने हैं, हमने चलने हैं, हमने चलने हैं। एहे रहा नहीं जाता, तड़प ही ऐसी है ना। तो बाकी भाई सबर कर लो यार, कुछ नहीं होता, मजा आएगा इंशाल्लाह जो है ना। अभी स्नोकर में भी जाएंगे अगर टाइम हुआ तो, एक दो गेम लगाएंगे वहाँ पे भी। अभी एक लड़का मिला था वो मुझे कह रहा था कि भैया हो यार आपके साथ गेम लगानी है, मैंने कहा चलो आ जाएंगे भाई। तो ठीक है फिर इंशाल्लाह मिलते हैं आपको। यार फाइनली जड़ा ना मैं दुकान पर आ गया वहाँ तोतिया वाली, तो बाकी जड़ा ना ए सामना व्यू सब सारा चेक कर लो तो माशाल्लाह बड़ा अच्छा सैटअप भाई ने बनाया। इन्हों का नाम है तलहा, मेरे बड़े पुराने दोस्त ने, तो यह शौक करते होंगे पहले। ठीक है, पहले शौक करते हैं तो हूँ माशाल्लाह इन्होंने इन्नी वड्डी दुकान पा ली है। सिर्फ कितों के इतना तो इन्हें शौक भी किया, नाल इन्होंने बच्चे कटवा के सेल भी किए ने। ऐ तलहा भाई ने सामने बैठे हैं। ठीक है तलहा भाई, की हाल है? ठीक हो? तो अल्लाह पाक इन्होंने खुश रखे हमेशा। बाकी तुम अंदर तो मैं व्यू चेक कराना, उधर मछलियाँ वगैरह भी रखी ने। देखो बाबा जी, दो दो पंखे लगे ने उन्होंने, सिर्फ की है कि यार इन्होंने कोई तंगी ना हो, कोई मुश्किल ना हो। अगर मेरी आवाज़ तुम्हें ना आई तो पर समझ रहे यार इन्हों का शोर है। ठीक है, बाकी फिर भी मैं बड़ी उच्ची बोल रही हूँ, इंशाल्लाह उम्मीद करना कि तुम्हें आवाज़ पहुँचेगी। तलहा भाई, तलहा भाई इधर लाइट तो चलाया जी, वो आने लगे ने फिर लाइट चलाने, फिर तुम आने सारा माहौल जरा तो की हिसाब किताब है। ठीक है, आ गए ना तलहा भाई अपने। तलहा भाई लाइट तो चला दे जरा यार, ये जो सारे एक्वेरियम लगे ना तुहाड़े सामने, यह नवे बने ने। ठीक है, तो इन्हों के मछलियाँ हले आनिया ने। ठीक है, बाकी जो चार बाहर पे ने मछली इन्होंने बेचने, तो इंशाल्लाह इन्होंने भी जल्दी आई जानी। अगर किसी भाई को एक्वेरियम भी चाहिए होते आर्डर से भी तैयार हो जाएंगे। ठीक है ना, अमां चलो कि खूबसूरत लगते हैं, सारी इन्हों की असैसरी मौजूद है, यानी कि कोई और चक्कर नहीं आया कि सिर्फ आ ली एक्वेरियम ने। बाकी तुम परिंदे भी चेक कर लवो, परिंदे आर्डर से भी तुम्हें मिल जाएंगे। अगर तुम इस हट के तुम कहते हो कि सानू यह नहीं चाहिए, सानू फलाना चाहिए फलाना, वो भी इंशाल्लाह तुम्हें मिलेगा। आर्डर से हर चीज़ तुम्हें मिलेगी, लेकिन एवं कि थोड़ी सारी तुम्हें एडवांस देना पेगा, बस यही सिस्टम है। बाकी यार माशाल्लाह देखो वाइट कलर दे तलहा भाई, इन्हों की आंदा की ना इन्हों का की ना है? अल्बाइनो ब्लैक है, सुपर ट्रैक्ट है यार, पता नहीं इन्होंने की नाम लिया यार, बाकी जो भी है ना ठीक है, यह बड़े अल्बाइनो ब्लैक है, सही हो गया। तो यह जो थले ने ਇਹ ਮੁੱਢਲੀ ਵੇਰੇ ਜੋ ਫਿਸ਼ਰ ਵੀ ਹੈ, ਗ੍ਰੀਨ ਫਿਸ਼ਰ ਵੀ, ਗ੍ਰੀਨ ਆਫਲਾਈਨ ਵੀ ਹੈ, ਮੁੱਢਲੀ ਵੇਰੇ ਤੇ ਪਰ ਮਾਸਾ ਵੇਰੇ ਅੱਜ ਦਾ ਬੜਾ ਸਸਤੇ ਹੋਏ ਨਾ ਵੀ, ਸਹੀ ਹੋ ਮਾਨ ਬੜੀ ਜ਼ਿਆਦਾ ਪਰ ਹੋ ਗਈ ਇਹ ਦੇ ਜੋ ਰੇਟ 5000 ਰੁਪਏ ਰੇਟ ਦੀ ਹੁੰਦੀ 1500 ਤੇ ਆ ਗਿਆ ਜੋੜਾ, ਸਹੀ ਮਤਲਬ ਪਰ ਪੀਸ ਆ ਗਿਆ।
ਲੋ ਜੀ ਇੰਨਾ ਸਸਤਾ ਹੋ ਗਿਆ ਰੇਟ, ਬਾਕੀ ਅੱਗੋਂ ਸੀਜ਼ਨ ਦੇ ਵਿੱਚ ਇਹਨਾਂ ਦਾ ਰੇਟ ਫਿਰ ਵਧਣਾ। ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਸੀਂ ਹਾਲੇ ਹੀ ਜਿਹੜਾ ਪਰਚੇਜ਼ ਕਰੋ, ਉਨੀ ਦੇਰ ਤੱਕ ਤਿਆਰ ਹੋਣਗੀਆਂ, ਜਗ੍ਹਾ ਪਸੰਦ ਕਰ ਲੈਣਗੇ ਆਪਣੀ, ਯਾਨੀ ਕਿ ਟਾਈਮ ਲੈਂਦੇ ਨਾ ਥੋੜ੍ਹਾ ਬਹੁਤ, ਚਲੋ ਸੀਜ਼ਨ ਆਉਣ ਤੱਕ ਇਨਸ਼ਾਅੱਲਾ ਰੈਡੀ ਹੋ ਜਾਣਗੇ, ਅਤੇ ਫਿਰ ਬੱਚੇ ਬੁੱਚੇ ਵੀ ਦੇਣਗੇ ਤੁਹਾਡੇ ਕੋਲ, ਅਤੇ ਫਿਰ ਤੁਸੀਂ ਅਮੀਰ ਹੋਈਆਂ ਜਿਹਨਾਂ ਦੇ ਵਿੱਚ, ਜਿਵੇਂ ਤਲਹਾ ਭਾਈ ਮਾਸ਼ਾਅੱਲਾ ਇਹਨਾਂ ਐਡਾ ਵੱਡਾ ਉਹਨਾਂ ਸੈਟਅਪ ਬਣਾ ਗਿਆ, ਇਹ ਮਾਸ਼ਾਅੱਲਾ ਕਿੱਡੇ ਸੋਹਣੇ ਕਲਰ ਨੇ, ਕਾਕਟੇਲ ਵੀ ਰੱਖੇ ਨੇ, ਅਤੇ ਮੱਛੀਆਂ ਦਾ ਵਿਊ ਕਰਵਾਉਂਦੇ ਹਾਂ ਤੁਹਾਨੂੰ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਮੱਛੀਆਂ ਚੱਕ ਠੀਕ ਹੈ, ਹਰ ਕਿਸਮ ਦੀ ਮੱਛੀ ਮਿਲ ਜਾਏਗੀ ਤੁਹਾਨੂੰ। ਅਗਰ ਤੁਹਾਨੂੰ ਇਹਨਾਂ ਦੇ ਵਿੱਚ ਤੁਹਾਡੇ ਪਸੰਦ ਦੀ ਨਹੀਂ ਨਜ਼ਰ ਆਉਂਦੀ ਹੈ, ਫਿਰ ਤੁਹਾਨੂੰ ਜਿਹੜਾ ਨਾ ਔਡਰ 'ਤੇ ਮੰਗਵਾ ਕੇ ਵੀ ਦਿੱਤੀ ਜਾਏਗੀ, ਵੈਸੇ ਕੋਈ ਟੈਨਸ਼ਨ ਨਹੀਂ ਹੈ, ਇਹ ਵੀ ਚੈੱਕ ਕਰ ਲਓ ਤੁਸੀਂ ਠੀਕ ਹੈ। ਇਹ ਮੱਛੀਆਂ ਜਿਹੜੀਆਂ ਨਾ 30 ਤੋਂ 40 ਬੱਚੇ ਦਿੰਦੀਆਂ ਨੇ, ਫਿਰ ਇਹ ਵੀ ਹੈ ਨੇ, ਬਾਕੀ ਉਹ ਥੱਲੇ ਪਈਆਂ ਜਵੈਨੀਆਂ ਕੀ ਆਉਂਦੀਆਂ ਨੇ, ਇਹ ਵੀ ਤੁਸੀਂ ਵੇਖ ਲਿਆ, ਉਹ ਵੀ ਬੜਾ ਤੁਹਾਡੇ ਵਾਸਤੇ। ਹਾਂਜੀ ਤਲਹਾ ਭਾਈ, ਯਾਰ ਸਾਨੂੰ ਇੱਕ ਮਸ਼ਵਰਾ ਦਿਓ, ਅਸੀਂ ਤੋਤੇ ਤੁਹਾਡੇ ਕੋਲ ਲੈਣ ਆਏ ਹਾਂ, ਅਤੇ ਦੱਸੋ ਸਾਨੂੰ ਕਿਹੜੇ ਤੋਤੇ ਯਾਰ ਅਸੀਂ ਰੱਖੀਏ। ਹਾਂਜੀ ਜੀ ਜੀ, ਕਿਹੜੇ ਆਸਟ੍ਰੇਲੀਅਨ ਕਹਿ ਰਹੇ ਸਹੀ, ਯਾਨੀ ਜੀ ਜੀ ਸਹੀ, ਮੇਰੇ ਕੋਲੋਂ ਬਚ ਤਾਂ ਜਾਣਗੇ ਨਾ, ਚਲੋ ਇਨਸ਼ਾ ਅੱਲਾ ਲਵ ਬੜੇ ਨਾ ਕਹਿੰਦੇ ਨੇ, ਠੀਕ ਹੋ ਗਿਆ, ਚਲੋ ਜੀ ਇਨਸ਼ਾ ਅੱਲਾ ਆਵਾਂਗੇ ਤੁਹਾਡੇ ਕੋਲ, ਅਤੇ ਪੂਰਾ ਜੋ ਹੈ ਨਾ ਅੱਛੇ ਤਰੀਕੇ ਦੇ ਨਾਲ ਤੁਹਾਡੇ ਨਾਲ ਤੁਸੀਂ ਤਾਵਨ ਕਰਨਾ, ਜਿਹੜੇ ਵੀਡੀਓ ਵੇਖ ਰਹੇ ਨੇ ਉਹ ਵੀ ਤੁਹਾਡੇ ਕੋਲ ਆਉਣਗੇ ਇਨਸ਼ਾਅੱਲਾ, ਤੇ ਆਪਣਾ ਨੰਬਰ ਦੇ ਦਿਓ ਜਿਹੜਾ ਨਾ 0309-7231-7682 ਠੀਕ ਹੋ ਗਿਆ, ਨਾਮ ਕੀ ਭਲਾ ਆਪਣੇ ਸਾਹਿਬ ਦਾ, ਠੀਕ ਹੋ ਗਿਆ ਬਾਈ ਜਾਨ, ਮੇਨ ਰੋਡ ਦੇ ਉੱਤੇ ਹੀ ਇਹਨਾਂ ਦੀ ਦੁਕਾਨ ਹੈ, ਬਿਲਕੁਲ ਸੁਲੇਮਾਨ ਕੁਲਫੀ ਵਾਲਿਆਂ ਦਾ ਸਾਰਿਆਂ ਨੂੰ ਪਤਾ ਠੀਕ ਹੈ, ਜਿਹੜੇ ਇੱਥੋਂ ਦੇ ਨੇ ਉਹਨਾਂ ਨੂੰ ਵੀ ਪਤਾ, ਜਿਹੜੇ ਪਾਕਿਸਤਾਨ ਤੋਂ ਮਾਰ ਰਹੇ ਉਹਨਾਂ ਨੂੰ ਵੀ ਪਤਾ ਸੁਲੇਮਾਨ ਕੁਲਫੀ ਦਾ ਠੀਕ ਹੈ, ਉਹਨਾਂ ਦੇ ਬਿਲਕੁਲ ਨਾਲ ਇਹਨਾਂ ਦੀ ਮੇਨ ਰੋਡ ਦੇ ਉੱਤੇ ਸ਼ਾਪ ਹੈ, ਜਿਸ ਭਾਈ ਨੂੰ ਵੀ ਚਾਹੀਦੀ ਹੋਣ ਉਹ ਆਓ ਆ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ, ਅਗਰ ਠੀਕ ਹੈ ਤੁਹਾਡੇ ਨਾਲ ਕਰਦੇ ਨੇ ਅੱਛਾ ਕੋਆਪਰੇਟ ਇਨਸ਼ਾਅੱਲਾ ਕਰਨਗੇ, ਅਤੇ ਜੇ ਨਾ ਫਿਰ ਵੀ ਹੋਏਗਾ ਤਾਂ ਫਿਰ ਤੁਸੀਂ ਦੱਸ ਦਿਓ ਕਿ ਭਾਈ ਅਸੀਂ ਵੀਡੀਓ ਵੇਖ ਕੇ ਤੁਹਾਡੇ ਕੋਲ ਆਏ ਨੇ, ਇਨਸ਼ਾਅੱਲਾ ਮਜ਼ੀਦ ਕਰਨਗੇ ਠੀਕ ਹੋ ਗਿਆ, ਬਾਕੀ ਮੈਂ ਵਲੋਗ ਦਾ ਐਂਡ ਇੱਥੇ ਹੀ ਕਰਨਾ ਵਾ, ਕਿਉਂਕਿ ਮੈਂ ਘਰ ਗਿਆ ਅਤੇ ਪਾਪਾ ਵੀ ਅੱਗੇ ਬੈਠੇ ਹੋਣੇ, ਅਤੇ ਫਿਰ ਉਹਨਾਂ ਸਾਨੂੰ ਮੈਂ ਨਾ ਵੀਡੀਓ ਸ਼ੀਡੀਓ ਘੱਟ ਹੀ ਬਣਾਉਣਾ ਵਾ, ਅਤੇ ਬਾਕੀ ਖੁਸ਼ ਰਹੋ ਆਬਾਦ ਰਹੋ, ਅਤੇ ਜਿਨ੍ਹਾਂ ਦਾ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਨਾਲ ਸਬਸਕ੍ਰਾਈਬ ਕਰੋ, ਅਤੇ ਬੈਲ ਆਈਕਨ ਦਬਾਉਣਾ ਜ਼ਰੂਰ, ਓਕੇ ਬਾਏ, ਅੱਲਾ ਹਾਫਿਜ਼, ਆਪਣਾ ਧਿਆਨ ਰੱਖਿਆ।